ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕਿਰਨਦੀਪ ਸਿੰਘ ਰਾਏ ਅਤੇ ਦੋਸਤੋ ਅੱਜ ਮੈਂ ਫਿਰ ਤੁਹਾਡੇ ਲਈ ਨਵਾਂ ਵਲੌਗ ਲੈ ਕੇ ਆਇਆ ਅਤੇ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਬਹੁਤ ਹੀ ਘੈਂਟ ਕੁੱਤੇ ਦਿਖਾਉਣੇ ਆ, ਬਹੁਤ ਹੀ ਡਿਫਰੈਂਟ ਟਾਈਪ ਦੇ ਅਲੱਗ ਅਲੱਗ ਬਰੀਡਾਂ ਦਿਖਾਵਾਂਗੇ ਤੁਹਾਨੂੰ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਅੱਜ ਫਿਰ ਆਪਾਂ ਆਪਣਾ ਨਵਾਂ ਵਲੌਗ ਸ਼ੁਰੂ ਕਰਦੇ ਹਾਂ। ਗਾਇਸ ਅੱਜ ਸਾਡੇ ਨਾਲ ਨੇ ਜਸ਼ਨਦੀਪ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹੋ ਭਾਜੀ ਠੀਕ ਹੋ? ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਫਾਰਮ ਦੇ ਵਿੱਚ ਵਿਜ਼ਿਟ ਕੀਤਾ। ਥੈਂਕ ਯੂ ਭਾਜੀ। ਭਾਜੀ ਮੈਨੂੰ ਇਹ ਦੱਸੋ ਜੀ ਵੀ ਆਪਾਂ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੈ? ਸਾਨੂੰ ਘੱਟੋ ਘੱਟ 8 ਸਾਲ ਤਾਂ ਹੋ ਹੀ ਚੁੱਕੇ ਆ। ਅੱਛਾ ਜੀ। ਬਾਕੀ ਜਿਹੜਾ ਫਾਰਮ ਅਸੀਂ ਖਰੀਦਿਆ ਸੀ ਆਪਦਾ ਪ੍ਰੋਪਰ ਤਿਆਰ ਕੀਤਾ। ਓਕੇ। ਇਹਨੂੰ ਕਰੇ ਨੂੰ ਸਾਨੂੰ 3 ਸਾਲ ਹੋਏ ਇੱਥੇ। ਅੱਛਾ ਠੀਕ ਹੈ ਜੀ। ਅਤੇ ਕਿਸ ਨਾਮ ਤੋਂ ਆਈ ਹੈ? ਪੈਟਸ ਕਿੰਗਡਮ ਦੇ ਨਾਮ ਤੋਂ ਹੈ, ਜਿਹੜਾ ਕਿ ਖਰੜ ਦੇ ਵਿੱਚ ਆਪਣੀ ਪੈਟ ਸਟੋਰ ਵੀ ਹੈ। ਓਕੇ। ਆਪਣਾ ਬੋਰਡਿੰਗ ਫਾਰਮ ਹੈ ਇੱਥੇ, ਪਲੱਸ ਆਪਣਾ ਸ਼ੂਟ ਦਾ ਕੰਮ ਸੀ। ਅਸੀਂ ਸੌਂਗਸ ਦੇ ਵਿੱਚ ਪ੍ਰੋਵਾਈਡ ਕਰਦੇ ਸੀ, ਵੈਬ ਸੀਰੀਜ਼ ਦੇ ਵਿੱਚ ਪ੍ਰੋਵਾਈਡ ਕਰਦੇ ਡੋਗ ਸਾਹਿਬ ਦੇ। ਓਕੇ 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 ਓਕੇ। ਅਤੇ ਲੋਕਡਾਊਨ ਤੋਂ ਪਹਿਲਾਂ ਸਾਡੇ ਕੋਲ ਕੁਛ ਕੁ ਜਿਵੇਂ ਸਰਕਾਰ ਦੁਆਰਾ ਜਿਵੇਂ ਕੁਛ ਜਿਵੇਂ ਪ੍ਰਾਈਵੇਟ ਕੰਪਨੀਆਂ ਵੱਲੋਂ ਟੈਂਡਰ ਪਾਸ ਕੀਤੇ ਜਾਂਦੇ ਆ ਸਿਕਿਉਰਿਟੀ ਪਰਪਸ ਵਾਸਤੇ। ਹਾਂਜੀ। ਉਸ ਤਰ੍ਹਾਂ ਹੀ ਕੁਛ ਕੁ ਡੋਗ ਪ੍ਰੋਵਾਈਡ ਵੀ ਕਰਦੇ ਸੀ ਪਹਿਲਾਂ। ਓਕੇ ਠੀਕ ਹੈ। ਅਤੇ ਸਿਲਸਿਲਾ ਸਟਾਰਟ ਕਿਵੇਂ ਹੋਇਆ ਜੀ? ਬਸ ਸ਼ੌਂਕ ਸੀ ਸ਼ੁਰੂ ਤੋਂ। ਅੱਛਾ ਜੀ। ਯਾਰਾਂ ਦੋਸਤਾਂ ਨੂੰ ਦੇਖ ਕੇ ਜਿਵੇਂ ਜਿਵੇਂ ਸ਼ੌਂਕ ਵੱਧਦਾ ਗਿਆ ਉਵੇਂ ਉਵੇਂ ਅਸੀਂ ਬਸ ਜਾਨਰ ਵਧਾਈ ਗਏ। ਠੀਕ ਹੈ। ਅਤੇ ਹੌਲੀ ਹੌਲੀ ਕਰਕੇ ਆਪ ਮੈਂ ਗੌਰਮੈਂਟ ਜੋਬ 'ਤੇ ਸੀ, ਜੋਬ ਛੱਡ ਕੇ। ਓਕੇ। ਅਤੇ ਫਿਰ ਆਪਦੀ ਇੱਥੇ ਜਗ੍ਹਾ ਲਈ, ਤੇਰਾ ਦੋ ਕਨਾਲ ਹੈ ਹੁਣ, ਥੋੜ੍ਹੀ ਹੋਰ ਸਪੇਸ ਵਧਾਈ ਹੋਈ ਹੈ। ਠੀਕ ਹੈ ਜੀ। ਅਤੇ ਅੱਗੇ ਤੋਂ ਅੱਗੇ ਹੁਣ ਡੇ ਬਾਏ ਡੇ ਕੁਛ ਨਾ ਕੁਛ ਡੋਗਸ ਵਾਸਤੇ ਕਰਦੇ ਜਾ ਰਹੇ। ਠੀਕ ਹੈ ਜੀ। ਅਤੇ ਭਾਅ ਜੀ ਮੈਨੂੰ ਇਹ ਦੱਸੋ ਵੀ ਆਪਾਂ ਕਿੰਨੀ ਕੁ ਬਰੀਡ ਹੈ ਆਪਣੇ ਕੋਲ ਇਸ ਟਾਈਮ ਜੀ? ਆਪਣੇ ਕੋਲ 15 ਬਰੀਡਸ ਦੇ ਡੋਗਸ ਹੋਣਗੇ, ਅਲੱਗ ਅਲੱਗ ਬਰੀਡਸ ਦੇ ਨਾ। ਓਕੇ। ਸਾਰੇ ਕੋਈ ਕਿਸੇ ਏਰੀਆ 'ਚੋਂ ਲਏ ਹੋਏ ਆ ਵੀ, ਕੋਈ ਇੰਪੋਰਟ ਲਾਈਨ 'ਚੋਂ ਕੁਛ। ਠੀਕ ਹੈ। ਜਿਵੇਂ ਸਾਨੂੰ ਜਿਹੜੀ ਬਰੀਡ ਸਾਨੂੰ ਥੋੜ੍ਹੀ ਵਧੀਆ ਲੱਗਦੀ ਉਸ ਨਾਲ ਅਸੀਂ ਡੋਗ ਕਰਦੇ ਹਾਂ। ਓਕੇ। ਅਤੇ ਇਕੱਲੇ ਡੋਗਸ 'ਚ ਆਪਾਂ ਡੀਲ ਕਰਦੇ ਹਾਂ ਜਾਂ ਕੈਟਸ ਵੀ ਆ ਵੀ ਜਾਂ ਮਿਕਸ ਚੱਲੀ ਜਾਂਦਾ? ਸ਼ੌਂਕ ਨੂੰ ਰੱਖੀਆਂ ਹੋਈਆਂ ਜਿਵੇਂ ਕੈਟਸ ਹੈਗੀ ਹੈ, ਪੀਜਨਸ ਹੈ। ਓਕੇ। ਆ ਆਪਣੇ ਅਸੀਲ ਮੁਰਗੇ ਆ। ਠੀਕ ਹੈ। ਰੈਬਿਟਸ ਵੀ ਆ ਫਾਰਮ 'ਚ। ਅੱਛਾ। ਪਿਕ ਵੀ ਆ। ਓਕੇ ਠੀਕ ਹੈ। ਤੇ ਇਹ ਮੇਲ ਹੈ ਫੀਮੇਲ ਹੈ? ਕੀ ਹੈ ਇਹ? ਮੇਲ ਪਰਸਨ ਹੈ। ਅੱਛਾ ਮੇਲ ਪਰਸਨ ਹੈ। ਹੋਇਆ 4.5 ਮੰਥ ਦਾ ਹੋਇਆ। ਅੱਛਾ। ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਭਾਜੀ। ਤੇ ਕਿੱਥੇ ਤੋਂ ਫਿਰ ਆਇਆ ਹੈ ਆਪਣੇ ਕੋਲ? ਇਹ ਅਸੀਂ ਖਰੀਦਿਆ ਸੀ ਦਿੱਲੀ ਸਾਈਡ ਤੋਂ ਨਾ। ਓਕੇ 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 ਠੀਕ ਹੈ। ਇਹ ਬਹੁਤ ਸਾਊ ਜਿਹਾ ਲੱਗ ਰਿਹਾ ਹੈ ਨਾ? ਹਾਂਜੀ ਹਾਂਜੀ ਠੀਕ ਹੈ ਠੀਕ ਹੈ ਭਾਜੀ। ਤੇ ਚਲੋ ਹੋਰ ਇਹਨਾਂ ਬਾਰੇ ਦੱਸੋ ਤੁਸੀਂ, ਇਹ ਸਭ ਤੋਂ ਜ਼ਿਆਦਾ ਕਹਿ ਦਈਏ ਅਟਰੈਕਟਿਵ ਚੀਜ਼ ਹੈ, ਇਹ ਜੇ ਮੁਰਗੇ ਕਿਤੇ ਦਿਖਦੇ ਨਹੀਂ ਹੈਗੇ ਨਾ, ਇਹ ਕਿਹੜੇ ਮੁਰਗੇ ਨਹੀਂ ਹੈ? ਮੁਰਗੇ ਹੈ ਜੋ ਨੋਰਮਲੀ ਇੰਨੀ ਹਾਈਟ ਵਾਲੇ ਕਿਤੇ ਮਿਲਦੇ ਨਹੀਂ ਹੈ। ਜੀ ਜੀ। ਉਹ ਹਜੇ ਸਾਡਾ 8 ਮਹੀਨੇ ਦਾ ਬੱਚਾ ਜਿਹੜਾ, ਉਹ ਪਿੱਛੇ ਵਾਈਟ ਵਾਲਾ। ਓਕੇ। ਹਾਂਜੀ। ਇਹਨੂੰ ਹਜੇ 1 ਸਾਲ ਦੀ ਉਮਰ ਹੋਈ ਹੈ। ਠੀਕ ਹੈ। ਤੇ ਜਿਹੜਾ ਉਹ ਪਿੱਛੇ ਤੁਸੀਂ ਦੇਖ ਰਹੇ ਹੋ ਬੈਕ ਸਾਈਡ ਤੇ। ਓਕੇ ਇਹ ਵਾਲਾ? ਹਾਂਜੀ ਠੀਕ ਹੈ। ਜਿਹੜਾ ਉਹ ਐਥਲੀਟ ਹੈ ਪੂਰਾ, ਉਹ ਸਾਰਾ ਦਿਨ ਰਨਿੰਗ ਕਰਦਾ ਰਹਿੰਦਾ। ਅੱਛਾ। ਇਹ ਵੀ ਅਸੀਲ ਹੈ, ਐਕਸ ਦੇਖੋ ਇਹਦੀਆਂ। ਹਾਂਜੀ ਹਾਂਜੀ। ਬੋਨਸਾਈ ਦੇ ਵਿੱਚ ਨੋਰਮਲੀ ਤੁਹਾਨੂੰ ਦਿਖਾਈ ਨਹੀਂ ਦੇਗਾ। ਠੀਕ ਹੈ ਠੀਕ ਹੈ ਠੀਕ ਹੈ। ਬਹੁਤ ਜ਼ਿਆਦਾ ਹਾਈਟ ਦੇ ਨੇ ਹਨਾ ਪੂਰੇ ਹਨ। ਭਾਜੀ ਇਹ ਪਿੜਦੇ ਨਹੀਂ ਹੈਗੇ ਕਦੇ? ਬਸ ਅਸੀਂ ਸਾਰੇ ਵਾਸਤੇ ਅਲੱਗ ਅਲੱਗ ਏਰੀਆ ਬਣਾਇਆ ਹੋਇਆ। ਠੀਕ ਹੈ ਠੀਕ ਹੈ ਜੀ। ਬਸ ਉਹ ਥੋੜੇ ਸੋਹਣੇ ਲੱਗਦੇ, ਜਿਹੜੇ ਡਿਫਰੈਂਟ ਜੀ ਲੱਗਦੇ ਆ, ਅਸੀਂ ਖਰੀਦੀਆਂ ਹੋਈਆਂ। ਹਾਂਜੀ ਹਾਂਜੀ। ਇੱਧਰ ਪੀਜਨਸ ਬੈਠੇ ਆ ਅਗਲੇ ਪਾਸੇ। ਅੱਛਾ ਚਲੋ ਆਪਾਂ ਬਾਅਦ ਚੋਂ ਦਿਖਾਉਂਦੇ ਆ, ਇਹ ਹੁਣੇ ਦੇਖ ਲੈਂਦੇ ਆ ਜੀ। ਤੇ ਇਹ ਆਪਣੇ ਕੋਲ ਕਬੂਤਰ ਨੇ, ਇਹ ਕਿਹੜੀ ਵੀ ਨਸਲ ਦੇ ਨਹੀਂ? ਇਹ ਵੈਸੇ ਸ਼ੌਂਕ ਨੂੰ ਰੱਖੇ ਜਿਵੇਂ ਉੱਡਣ ਵਾਲੇ ਕਬੂਤਰ ਹੁੰਦੇ ਨਾ। ਅੱਛਾ ਅੱਛਾ। ਜਿਹੜੀਆਂ ਪੁਰਾਣੀਆਂ ਲਾਈਨਾਂ ਜਿਹੜੀਆਂ ਹੁੰਦੀਆਂ ਸੀ ਲੋਕਾਂ ਨੇ ਰੱਖੀਆਂ ਸੀ, ਉਹਨਾਂ ਤੋਂ ਇੱਕ ਇੱਕ ਪੇਅਰ ਲਿਆ ਹੋਇਆ। ਓਕੇ ਓਕੇ ਓਕੇ। ਬੱਚੇ ਹੋਏ ਆ, ਹੌਲੀ ਹੌਲੀ ਕਰਕੇ ਵਧਾ ਰਹੇ ਆ ਅਸੀਂ ਇਹਨਾਂ ਦਾ। ਅੱਛਾ। ਬਾਕੀ ਜਿਹੜੇ ਫੈਂਸੀ ਬਰਡਸ ਹੈਗੇ ਆ, ਉਹ ਵੀ ਸਾਡੇ ਆ ਜਾਣੇ ਆ, ਥੋੜਾ ਕੰਮ ਚਲਾਉਣਾ ਜਿਵੇਂ ਬਾਰਿਸ਼ ਦਾ ਮੌਸਮ ਥੋੜਾ ਖਤਮ ਹੋਏਗਾ ਉਸ ਤੋਂ ਬਾਅਦ ਸ਼ੁਰੂ ਕਰਦੇ। ਠੀਕ ਹੈ ਭਾਜੀ। ਭਾਜੀ ਇਹਨਾਂ ਦਾ ਤੁਸੀਂ ਇਹ ਜਿਵੇਂ ਹੁਣ ਪਰਸ਼ੀਅਨ ਕੈਟਸ ਹੈ ਹਨਾ, ਇਹਨਾਂ ਦਾ ਕੋਈ ਠੰਡ ਤੇ ਇੰਪੈਕਟ ਨਹੀਂ ਪੈਂਦਾ ਜੀ? ਜਿਵੇਂ ਹੁਣ ਅੱਜ ਕੱਲ ਠੰਡ ਕਾਫੀ ਜ਼ਿਆਦਾ ਹੈ ਆਪਣੇ। ਪੈਂਦਾ ਨੋਰਮਲੀ, ਹਰ ਚੀਜ਼ ਦਾ ਧਿਆਨ ਰੱਖਣਾ ਪੈਂਦਾ। ਓਕੇ। ਇਹ ਹਰ ਸੀਜ਼ਨ ਦੇ ਬਹੁਤ ਫਰਕ ਪੈ ਜਾਂਦਾ। ਠੀਕ ਹੈ ਜੀ। ਚਲੋ ਹੁਣ ਆਪਾਂ ਇਹਨਾਂ ਡੌਗਸ ਤੇ ਆਨੇ ਜੀ। ਇਹ ਕਿਹੜਾ ਡੌਗ ਹੈ ਜੀ ਸਟਾਰਟਿੰਗ ਤੇ? ਗੋਲਡਨ ਰਿਟਰੀਵਰ ਹੈ, ਟ੍ਰੇਨਿੰਗ ਵਾਸਤੇ ਆਇਆ ਹੋਇਆ। ਓਕੇ। ਸਾਡੇ ਕੋਲੇ ਟ੍ਰੇਨਿੰਗ ਸੈਂਟਰ ਵੀ ਇੱਥੇ। ਓਕੇ। ਲੋਕ ਡੌਗਸ ਆਦੇ ਛੱਡ ਕੇ ਜਾਂਦੇ ਟ੍ਰੇਨਿੰਗ ਵਾਸਤੇ। ਠੀਕ ਹੈ। ਉਹ ਟ੍ਰੇਨ ਕਰਕੇ ਉਹਨਾਂ ਨੂੰ ਵਾਪਸ ਦੇਈ ਦੇ, ਜਿਵੇਂ ਹਿਮਾਚਲ ਏਰੀਆ ਹੋ ਗਿਆ, ਅਲੱਗ ਅਲੱਗ ਏਰੀਆ 'ਚ ਸਾਡੇ ਕੋਲ ਡੌਗਸ ਹੁੰਦੇ ਨੇ। ਠੀਕ ਹੈ। ਆਹ ਟ੍ਰੇਨਿੰਗ ਵਾਸਤੇ ਆਇਆ ਹੋਇਆ, ਉਹ ਬੋਰਡਿੰਗ ਵਾਸਤੇ ਆਇਆ ਹੋਇਆ ਮੇਰਾ। ਓਕੇ 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 ਠੀਕ ਹੈ। ਭਾਜੀ ਗੱਲ ਹੋਰ, ਮਤਲਬ ਸਭ ਤੋਂ ਜ਼ਿਆਦਾ ਐਗਰੈਸਿਵ ਕਿਹੜੇ ਹੁੰਦੇ ਨੇ ਆਪਣੇ ਫਾਰਮ ਤੇ? ਹੈ ਕੋਈ ਇਹੋ ਜਿਹਾ ਐਗਰੈਸਿਵ ਬਹੁਤ ਜ਼ਿਆਦਾ ਹੋਵੇ? ਐਗਰੈਸਿਵ ਨਹੀਂ ਹੁੰਦੇ। ਅੱਛਾ। ਉਹ ਤਾਂ ਆਪਣੀ ਕੇਅਰ ਦਿੱਤੇ ਆ ਵੀ ਆਪਾਂ ਕਿਵੇਂ ਕੇਅਰ ਕਰ ਰਹੇ ਉਹਨਾਂ ਦੀ। ਠੀਕ ਹੈ। ਕਹਿੰਦੇ ਨੂੰ ਤਾਂ ਜਰਮਨ ਸ਼ੈਡ ਬਹੁਤ ਐਗਰੈਸਿਵ ਹੁੰਦੇ ਆ। ਹਾਂਜੀ ਹਾਂਜੀ ਹਾਂਜੀ। ਪਰ ਡੋਗ ਨੂੰ ਸਭ ਤੋਂ ਜ਼ਿਆਦਾ ਐਗਰੈਸਿਵ ਹੈ। ਹਾਂਜੀ ਹਾਂ। ਸਾਡੇ ਕੋਲ ਕੋਈ ਐਸਾ ਡੋਗ ਨਹੀਂ ਹੈ ਜੋ ਬਹੁਤ ਜ਼ਿਆਦਾ ਐਗਰੈਸਿਵ ਹੈ। ਓਕੇ ਓਕੇ। ਭਾਜੀ ਇਹ ਕਿਹੜੀ ਬਰੀਡ? ਬਹੁਤ ਸੋਹਣਾ ਜਿਹਾ ਲੱਗ ਰਿਹਾ, ਕਿਊਟ ਜਿਹਾ ਹੈ ਨਾ। ਫ੍ਰੈਂਚ ਬੁਲਡੋਗ ਹੈ ਜੀ। ਅੱਛਾ ਜੀ। ਤੇ
7 ਮਹੀਨੇ ਦੀ ਏਜ ਦੇ ਹਿਸਾਬ ਨਾਲ ਤਾਂ ਬਹੁਤ ਐਕਟਿਵ ਹੈ ਹਨਾ ਇਹ ਬਸ ਸਹੀ ਇਹਨਾਂ ਵੀ ਰਹਿੰਦਾ ਅੱਛਾ ਕੀ ਕੁਆਲਿਟੀ ਦਾ ਫਰ ਜਿਵੇਂ ਹੁਣ ਆਪਾਂ ਜਿਹੜਾ ਜਿਹਨੂੰ ਪਤਾ ਉਹ ਹੀ ਦੱਸ ਸਕਦਾ ਚੀਜ਼ ਦੇ ਬਾਰੇ ਠੀਕ ਹੈ ਠੀਕ ਹੈ ਜੀ ਬਹੁਤ ਸ਼ਾਂਤ ਜੀ ਹੈ ਹਨਾ ਜ਼ਿਆਦਾ ਹੀ ਸ਼ਾਂਤ ਹੈ ਮਸ਼ਹੂਰ ਨੇ ਇੱਕ ਹੋਰ ਗੱਲ ਸੀ ਜਿਵੇਂ ਹੁਣ ਅੱਜ ਕੱਲ ਆਪਣੀ ਠੰਡ ਜ਼ਿਆਦਾ ਹੁੰਦੀ ਹੈ ਨਾ ਸਪੈਸ਼ਲੀ ਠੰਡ ਵਿੰਟਰ ਜ਼ਿਆਦਾ ਹੁੰਦੇ ਨੇ ਇਹ ਬਹੁਤ ਗਰਮੀ ਹੋਵੇ ਸਭ ਤੋਂ ਜ਼ਿਆਦਾ ਮੇਨ ਅਟ੍ਰੈਕਸ਼ਨ ਤੁਸੀਂ ਕਹਿ ਰਹੇ ਸੀ ਇਹ ਡੌਗ ਦੀ ਆਪਣੇ ਦੀ ਕਹਾਣੀ ਹੈ ਨਾ ਉਹ ਯਾਰ ਦੱਸੋ ਜੀ ਕੁਛ ਜਾਨਵਰ ਪੈਸੇ ਦੇ ਲਾਸਟ ਵਿੱਚ ਸਾਰਾ ਕੰਮ ਕਰਦੇ ਹਾਂ ਰੱਖੀ ਬੈਠੇ ਬਸ ਸ਼ੌਂਕ ਨੂੰ ਰੱਖੇ ਹੋਏ ਆ ਕੋਈ ਇਹ ਨੀ ਹੈ ਵੀ ਅਸੀਂ ਇਹਨਾਂ ਦੇ ਜ਼ਿਆਦਾ ਬੱਚੇ ਸੇਲ ਕਰਦੇ ਉਹ ਵਾਈਟ ਸ਼ੈਪਰਡ ਹੈ ਪਿੱਛੇ ਵਾਈਟ ਜਰਮਨ ਸ਼ੈਪਰਡ ਹੈ ਨਹੀਂ ਇੱਥੇ ਕਿਸੇ ਕੋਲੇ ਵੀ ਠੀਕ ਹੈ ਇਹ ਆਪਣਾ ਯੂਨੀਕ ਹੈ ਬਹੁਤ ਜ਼ਿਆਦਾ ਹੈ ਨਾ ਯੂਨੀਕ ਹੈ ਬਲੈਕ ਸ਼ੈਪਰਡ ਵੀ ਹੈ ਸਾਡੇ ਕੋਲੇ ਅੱਛਾ ਜੀ ਥੋੜਾ ਠੰਡ ਕਰਕੇ ਥੋੜਾ ਸਾਈਡ ਤੇ ਥੋੜਾ ਭੇਜੇ ਹੋਏ ਆ ਓਕੇ ਓਕੇ ਤੇ ਐਂਡ 3-4 ਦਿਨਾਂ ਤੱਕ ਆਪਣੇ ਕੋਲ ਆਏ ਨੇ ਵਾਪਸ ਓਕੇ 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 ਠੀਕ ਹੈ ਭਾਜੀ ਜਿਵੇਂ ਸ਼ੂਟ ਲਈ ਹੋਵੇ ਉਹਦੇ ਵਾਸਤੇ ਤੁਸੀਂ ਨਾਲ ਆਪਣਾ ਬੰਦਾ ਭੇਜ ਦਿਓ ਕਿਵੇਂ ਸਾਡਾ ਇੱਕ ਲੜਕਾ ਜਾਂਦਾ ਅੱਛਾ ਜੀ ਉਹ ਸ਼ੂਟ ਤੇ ਜਿਹੜੀ ਜੋ ਵੀ ਉਹਨਾਂ ਦੀ ਡਿਮਾਂਡ ਹੁੰਦੀਆਂ ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਡੋਗ ਤਿਆਰ ਕਰਕੇ ਦੇ ਦਿੰਦੇ ਓਕੇ 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 ਠੀਕ ਹੈ ਭਾਜੀ ਤੇ ਭਾਜੀ ਹੁਣ ਕੋਈ ਛੋਟਾ ਡੌਗ ਅਵੇਲੇਬਲ ਹੈ ਐਟ ਪ੍ਰੈਜ਼ੈਂਟ ਜੀ ਨਹੀਂ ਡੌਗ ਸਰ ਦੇਖੋ ਨਾ ਕਿ ਸਰਦੀ ਬਹੁਤ ਜ਼ਿਆਦੀ ਹੈ ਹਾਂਜੀ ਤੇ ਅਸੀਂ ਜ਼ਿਆਦਾ ਸੇਲ ਪਰੇ ਦਾ ਕਰਦੇ ਨਹੀਂ ਆ ਬਟ ਜੇ ਕੋਈ ਆ ਵੀ ਜਾਵੇ ਤਾਂ ਕੋਈ ਬਹੁਤ ਚੰਗੀ ਕਿਸਮ ਬਰੀਡ ਚਾਹੀਦੀ ਹੋਵੇ ਠੀਕ ਹੈ ਫਿਰ ਅਸੀਂ ਪ੍ਰੋਵਾਈਡ ਕਰਵਾ ਦਿੰਦੇ ਹਾਂ ਓਕੇ 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 ਠੀਕ ਹੈ ਭਾਜੀ ਭਾਜੀ ਮੈਨੂੰ ਇਹ ਦੱਸੋ ਜੀ ਵੀ ਜਿਵੇਂ ਹੁਣ ਆਪਾਂ ਪਿਟਬੁਲ ਵੀ ਰੱਖਿਆ ਹੋਇਆ ਹਨਾ ਹਾਂਜੀ ਹਾਂਜੀ ਤੇ ਇਹਦੇ ਬਾਰੇ ਕੋਈ ਨੌਲੇਜ ਦਿਓ ਵੀ ਇਹ ਜ਼ਿਆਦਾ ਅਗਰੈਸਿਵ ਹੁੰਦੇ ਆ ਜਾਂ ਆਪਣੇ ਹਿਸਾਬ ਨਾਲ ਹੁੰਦੇ ਜੀ ਇਹ ਇੱਕ ਤਾਂ ਆਪਣੀ ਮੇਨ ਤੁਹਾਨੂੰ ਦੱਸਿਆ ਸੀ ਵੀ ਕੋਈ ਬਰੀਡ ਆਪਣੇ ਰੱਖਣ ਦੇ ਉੱਤੇ ਡਿਪੈਂਡ ਹੈਗਾ ਜਿਵੇਂ ਆਪਾਂ ਰੱਖਾਂਗੇ ਉਸ ਤਰ੍ਹਾਂ ਦਾ ਤਿਆਰੀ ਹੁੰਦਾ ਅੱਛਾ ਜੀ ਬਾਕੀ ਕੋਈ ਐਸਾ ਨਹੀਂ ਵੀ ਪਿਟਬੁਲ ਬਹੁਤ ਜ਼ਿਆਦਾ ਅਗਰੈਸਿਵ ਬਹੁਤ ਸਮਝਦਾਰ ਬਰੀਡ ਹੈ ਵੈਸੇ ਤਾਂ ਠੀਕ ਹੈ ਤੇ ਇਹਦਾ ਕੀ ਹੈ ਅਗਰ ਤਾਂ ਦੇਖੋ ਤੁਸੀਂ ਬਿਲਕੁਲ ਪਿਓਰ ਲਾਉਂਗੇ ਹਾਂਜੀ ਇਹਦੀ ਬਿਲਕੁਲ ਓਕੇ ਕੁਆਲਿਟੀ ਹੋਏਗੀ ਉਹ ਕਦੀ ਵੀ ਅਗਰੈਸਿਵ ਨਹੀਂ ਨਿਕਲੇਗਾ ਅੱਛਾ ਕਦੇ ਅਗਰੈਸਿਵ ਨਹੀਂ ਨਿਕਲੇਗਾ ਬਹੁਤ ਰੇਅਰ ਹੈ ਵੀ ਮਨ ਚ ਸੋਚੋ ਇੱਕ ਵਿੱਚ ਆਪਾਂ ਕਹਿ ਦਈਏ ਵੀ ਅਗਰੈਸਿਵ ਹੋ ਗਿਆ ਬਟ ਐ ਨਹੀਂ ਹੈ ਵੀ ਸਾਨੂੰ ਤਾਂ ਬਹੁਤ ਟਾਈਮ ਹੋ ਗਿਆ ਓਕੇ ਤੇ ਸਾਡਾ ਕੋਈ ਐਸਾ ਸੀਨ ਨਹੀਂ ਹੈ ਵੀ ਕੋਈ ਅਗਰੈਸਿਵ ਹੈਗਾ ਕੁਛ ਠੀਕ ਹੈ ਠੀਕ ਹੈ ਭਾਅ ਜੀ ਹੋਰ ਜਿਵੇਂ ਆਪਣੀ ਆਪਾਂ ਸਰਵਿਸ ਆਪਾਂ ਛੋਟੇ ਡੌਗਸ ਹੁੰਦੇ ਉਹ ਕਿਸ ਰੇਂਜ 'ਚ ਮਿਲ ਜਾਂਦੇ ਨੇ ਆਪਾਂ ਜੇ ਆਪਾਂ ਲੈਬਰਾਡੋਰ ਲਈਏ ਲੈਬਰਾਡੋਰ ਦਾ ਪ੍ਰਾਈਸ ਦੇਖੋ ਸਟਾਰਟ ਹੋ ਜਾਂਦਾ 12-13 ਹਜ਼ਾਰ ਅੱਛਾ ਤੇ ਉਸ ਤੋਂ ਅੱਗੇ ਅੱਗੇ ਜਿਵੇਂ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਕੁਆਲਿਟੀ ਚਾਹੀਦੀ ਉਸ ਤਰ੍ਹਾਂ ਉਸ ਹਿਸਾਬ ਦੀ ਰੇਟ ਵੱਧਦਾ ਹੈ ਠੀਕ ਹੈ ਬਾਕੀ ਕਲਰ ਦਾ ਵੀ ਕੁਝ ਹੁੰਦਾ ਵੀ ਕਲਰ ਦੇ ਹਿਸਾਬ ਨਾਲ ਮਹਿੰਗੇ ਹੋਣ ਕਲਰ ਦਾ ਨਹੀਂ ਮੇਨ ਹੁੰਦਾ ਕੁਆਲਿਟੀ ਦੇ ਉੱਤੇ ਓਕੇ ਹਾਂਜੀ ਠੀਕ ਹੈ ਕੁਆਲਿਟੀ ਬਹੁਤ ਜ਼ਿਆਦਾ ਚੰਗੇ ਇੰਪੋਰਟ ਲੈਂਦੇ ਵੀ ਕੇਸੀ ਪੇਪਰ ਹੋਣਗੇ ਉਹ ਥੋੜੇ ਕੋਸਟਲੀ ਹੁੰਦੇ ਆ ਓਕੇ ਬਾਕੀ ਮੇਨ ਕੁਆਲਿਟੀ ਹੁੰਦੀ ਹੈ ਪੇਪਰ ਦਾ ਕੋਈ ਐਸਾ ਮੈਟਰ ਨਹੀਂ ਕਰਦਾ ਜਿਹਨੂੰ ਤਾਂ ਪ੍ਰੋਪਰ ਨੌਲੇਜ ਆ ਉਹ ਚੰਗੀ ਚੀਜ਼ ਹੀ ਲਏਗਾ ਕੁਆਲਿਟੀ ਜੀ 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 ਇਹ ਤਾਂ ਹੈ ਹੀ ਠੀਕ ਹੈ ਭਾਜੀ ਭਾਜੀ ਜਿਵੇਂ ਆ ਤੁਸੀਂ ਪਹਿਲਾਂ ਦਿਖਾਇਆ ਇਹ ਬੁਲਡੌਗ ਹੈ ਨਾ ਠੀਕ ਹੈ ਇਹਦੀ ਇਹ ਕਿਸ ਰੇਂਜ 'ਚ ਹੋ ਜਾਂਦਾ ਜੀ ਮਿਲ ਜਾਂਦਾ ਸਟਾਰਟਿੰਗ ਰੇਟ ਹੈ ਜੀ ਇਹਨਾਂ ਦਾ ਮੰਨ ਕੇ 30,000 ਦੇ ਆਸ ਪਾਸ ਅੱਛਾ 30 'ਚੋਂ ਸਟਾਰਟਿੰਗ ਮਿਲ ਜਾਂਦਾ ਜੀ ਠੀਕ ਹੈ ਕੀ ਇਹ ਵੀ ਕੁਛ ਕੁਛ ਸਸਤੇ ਹੀ ਮਿਲ ਜਾਂਦੇ ਬ੍ਰਿੰਡਲ ਕਲਰ ਹੋ ਗਿਆ ਅੱਛਾ ਤੇ ਉਹ ਹੋ ਗਿਆ ਜਿਹੜੇ ਥੋੜਾ ਨੋਜ਼ ਬਹੁਤ ਜ਼ਿਆਦਾ ਅੱਗੇ ਨੂੰ ਹੋ ਗਿਆ ਹਾਂਜੀ ਬਲੱਡ ਲਾਈਨ ਦੇ ਹੋ ਗਿਆ ਥੋੜੇ ਸਸਤੇ ਮਿਲ ਜਾਂਦੇ ਓਕੇ ਮੰਨ ਜੋ 30,000 ਤੋਂ ਲੈ ਕੇ 1,00,000 ਤੱਕ ਨੋਰਮਲ ਸੇਲ ਹੋ ਜਾਂਦੇ ਆ ਓਕੇ 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 ਤੇ ਇਹਨਾਂ ਦੀ ਖੁਰਾਕ ਕਿਵੇਂ ਕਿਸ ਹਿਸਾਬ ਦੀ ਪੈਂਦੀ ਹੈ ਜੀ ਖੁਰਾਕ ਤਾਂ ਸਾਡਾ ਹੋਮ ਫੀਡ ਜੋ ਅਸੀਂ ਖੁਦ ਤਿਆਰ ਕਰਦੇ ਸਾਡੇ ਸਟਾਫ ਅੱਛਾ ਤਿਆਰ ਕਰਕੇ ਪਾਉਂਦੇ ਆ ਕੋਈ ਅਸੀਂ ਇਹ ਨਹੀਂ ਹੈ ਵੀ ਜਾ ਕੇ ਡਰਾਈ ਫੂਡ ਪਾਉਂਦੇ ਆ ਰੈਗੂਲਰ ਕੁਛ ਵੀ ਨਾ ਓਕੇ ਤੇ ਬੈਸਟ ਤਾਂ ਉਹੀ ਹੈ ਵੀ ਆਪ ਜੋ ਵੀ ਡਾਈਟ ਤੁਸੀਂ ਦੇਣੀ ਹੈ ਮਿਕਸ ਕਰਕੇ ਜੋ ਰਲੀ ਮਿਲੀ ਇੱਕੋ ਡਾਈਟ ਦੇ ਇੱਕੋ ਡਾਈਟ ਨਾ ਹੋਵੇ ਕਦੀ ਵੀ ਇਹਨਾਂ ਦੀ ਠੀਕ ਹੈ ਤੇ ਭਾਈ ਜਿਵੇਂ ਹੁਣ ਆਪਾਂ ਮੁਰਗੇ ਰੱਖੇ ਹੁੰਦੇ ਆ ਇਹਨਾਂ ਨੂੰ ਕੀ ਖੁਰਾਕ ਪੈਂਦੀ ਆ ਜਾਂ ਇਹ ਐਵੇਂ ਨਾਰਮਲੀ ਚੁਗਦੇ ਫਿਰਦੇ ਨੇ ਨਹੀਂ ਨਹੀਂ ਇਹ ਚੁਗਦੇ ਨਹੀਂ ਦੇਖੋ ਚੰਗੀ ਬਰਡ ਲਾਈਨ ਦੇ ਆ ਚੰਗੇ ਮੁਰਗੇ ਹੈਗੇ ਆ ਤਾਂ ਇਹਨਾਂ ਨੂੰ ਛੋਲੇ ਹੋ ਗਏ ਅੱਛਾ ਮੱਕੀ ਹੋ ਗਈ
ਤੇ ਚੰਗੀ ਖੁਰਾਕ ਹੀ ਪਾਉਂਦੇ ਆ ਨੋਰਮਲ ਦੇਖੋ ਲੋਕਲ ਅਗਰ ਆਪਾਂ ਕਹੀਏ ਆਸੇ ਪਾਸੇ ਚੁਗਣ ਵਾਲਿਆਂ ਚੋਂ ਹੈ ਨੀ ਗੇ ਹਾਂਜੀ ਹਾਂਜੀ ਸੀਲ ਹੈਗੇ ਆ ਨੋਰਮਲ ਅਗਰ ਆਪਾਂ ਦੇ ਦਿਓ ਥੋੜਾ ਗੰਦ ਜ਼ਿਆਦਾ ਪਾਉਂਦੇ ਆ ਹਾਂ ਹਾਂ ਇਹ ਤਾਂ ਕਿਧਰੋਂ ਜਗ੍ਹਾ ਜਗ੍ਹਾ ਉਹਨਾਂ ਨੇ ਘਾਹ ਪੱਟੀ ਜਾਣਾ ਗੰਦ ਨੂੰ ਮੂੰਹ ਮਾਰੀ ਜਾਣਾ ਇਹਨਾਂ ਨੇ ਚੰਗਾ ਖਾਣਾ ਪਰ ਜਿੰਨਾ ਖਾਣਾ ਥੋੜਾ ਖਾ ਕੇ ਆਪਣੀ ਸੰਤੁਸ਼ਟੀ ਠੀਕ ਹੈ ਠੀਕ ਹੈ ਬਹੁ ਕਹਿ ਦਈਏ ਖੁਰਾਕ ਚੰਗੀ ਦਓਗੇ ਤਾਂ ਹੀ ਹੁਣ ਉਹਨਾਂ ਰਿਜ਼ਲਟ ਵੀ ਚੰਗੇ ਦਿਖ ਰਹੇ ਹਨ ਠੀਕ ਹੈ ਠੀਕ ਹੈ ਸੋਹਣਾ ਜਾਨਵਰ ਤਾਂ ਹੀ ਲੱਗੇਗਾ ਜੇ ਤੁਸੀਂ ਖੁਰਾਕ ਚੰਗੀ ਪਾਓਗੇ ਠੀਕ ਹੈ ਜੀ ਜੇ ਤੁਸੀਂ ਲੋਕਲ ਖਾਣਾ ਪਾਈ ਜਾਂਦਾ ਸਸਤਾ ਖਾਣਾ ਪਾਈ ਜਾਂਦਾ ਫਿਰ ਉਹ ਤਾਂ ਇਹ ਤਾਂ ਹੈ ਹੀ ਹੈ ਠੀਕ ਹੈ ਜੀ ਤੇ ਭਾਜੀ ਜਿਵੇਂ ਹੁਣ ਸਰਦੀਆਂ ਨੇ ਹਨਾ ਸਰਦੀਆਂ 'ਚ ਕੀ ਸਪੈਸ਼ਲ ਕੇਅਰ ਕਿਵੇਂ ਰੱਖੀ ਜਾਂਦੀ ਹੈ ਇਹਨਾਂ ਦੀ ਬਸ ਠੰਡ ਤੋਂ ਬਚਾ ਕੇ ਰੱਖੀਦਾ ਅੱਛਾ ਡਾਈਟ ਆਦੇ ਹਿਸਾਬ ਨਾਲ ਹੁੰਦਾ ਨੋਨ ਵੈਜ ਥੋੜਾ ਵਧਾ ਦਿੰਦੇ ਆ ਓਕੇ 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 ਠੀਕ ਹੈ ਭਾਜੀ ਬਾਕੀ ਐਕਸਰਸਾਈਜ਼ ਪ੍ਰੋਪਰ ਹੁੰਦੀ ਰਵੇ ਤਾਂ ਕੁਛ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਠੀਕ ਹੈ ਇਹ ਐਕਸਰਸਾਈਜ਼ ਹੈ ਇਹਨੇ ਸਾਰੇ ਡੌਗਸ ਆ ਕੇ ਇਕੱਠੇ ਰਹਿੰਦੇ ਸਾਡੇ ਇਕੱਠੇ ਖੋਲ ਦਿੰਨੇ ਆ ਇਕੱਠੇ ਭਜਦੇ ਖੇਲਦੇ ਅੱਛਾ ਮਤਲਬ ਇਹ ਇਕੱਠੇ ਲੜਦੇ ਉੜਦੇ ਨਹੀਂ ਵਿੱਚ ਨਹੀਂ ਗਏ ਲੜਦਾ ਕੋਈ ਵੀ ਨਹੀਂ ਹੈ ਠੀਕ ਹੈ ਠੀਕ ਹੈ ਠੀਕ ਹੈ ਪਿਟਬੁਲ ਵੀ ਹੈ ਪਿਟਬੁਲ ਵੀ ਨਾਲ ਹੀ ਰਹਿੰਦੇ ਆ ਅੱਛਾ ਹਾਂਜੀ ਹਾਂਜੀ ਕੋਈ ਐਸਾ ਸੀਨ ਨਹੀਂ ਲੜਨ ਵਾਲਾ ਠੀਕ ਹੈ ਜੀ ਤੇ ਭਾਜੀ ਹੁਣ ਮਤਲਬ ਮੇਰੇ ਵਿਊਅਰ ਨੂੰ ਐ ਤਾਂ ਦੱਸ ਦੋ ਵੀ ਜਿਵੇਂ ਸੇਲ ਪਰਚੇਸ ਲਈ ਤੁਹਾਨੂੰ ਕੰਟੈਕਟ ਕਰ ਸਕਦੇ ਆ ਜਿਵੇਂ ਹਾਂਜੀ ਹਾਂਜੀ ਕੋਈ ਇਸ਼ੂ ਨਹੀਂ ਹੈ ਅਗਰ ਕਿਸੇ ਨੇ ਲੈਣਾ ਹੁੰਦਾ ਕੋਈ ਵਧੀਆ ਕੁਆਲਿਟੀ ਦਾ ਠੀਕ ਹੈ ਕਦੀ ਵੀ ਕਾਲ ਕਰ ਸਕਦੇ ਹੋ ਓਕੇ ਠੀਕ ਹੈ ਬਾਕੀ ਸਾਡੀਆਂ ਸਾਰੀ ਸਰਵਿਸ ਹੈਗੀਆਂ ਪੈਟ ਸਟੋਰ ਵੀ ਹੈ ਸਾਡਾ ਓਕੇ ਹਿਊਮਨ ਔਰ ਪੈਟਸ ਦੀਆਂ ਦੋਨੋਂ ਮੈਡੀਸਿਨ ਸਾਡੇ ਕੋਲ ਮਿਲਦੀਆਂ ਠੀਕ ਹੈ ਤੇ ਹਿਊਮਨ ਦਾ ਸਾਡਾ ਕੈਮੀ ਸਟੋਰ ਇੱਥੇ ਖਰੜ ਦੇ ਵਿੱਚ ਔਰ ਪੈਟਸ ਦਾ ਵੀ ਸਾਡਾ ਜਿਹੜਾ ਪੈਟ ਸਟੋਰ ਹੈ ਠੀਕ ਹੈ ਖਰੜ ਦਾ ਸਭ ਤੋਂ ਵੱਡਾ ਮੇਨ ਪੈਟ ਜਿਹੜਾ ਪੈਟ ਸਟੋਰ ਹੈ ਸਾਡਾ ਹੀ ਹੈ ਠੀਕ ਹੈ ਪੈਟਸ ਕਿੰਗਡਮ ਦੇ ਨਾਮ ਤੇ ਨਿੱਜੇ ਰੋਡ ਦਿੱਤੀ ਹੈ ਓਕੇ ਜਿਵੇਂ ਸ਼ੂਟ ਵਗੈਰਾ ਲਈ ਉਹ ਵੀ ਅਵੇਲੇਬਲ ਹੈਗੇ ਨੇ ਉਹ ਵੀ ਠੀਕ ਹੈ ਠੀਕ ਹੈ ਗਾਇਸ ਐਕਚੁਅਲੀ ਮੌਸਮ ਵੇਖ ਕੇ ਦਿੰਨੇ ਆ ਅਸੀਂ ਕਈ ਵਾਰੀ ਹੁਣ ਮਨਾਲੀ ਏਰੀਆ ਦੇ ਮਿਲ ਗਏ ਜਾਂ ਕੁਝ ਵੀ ਫਿਰ ਉਹਨਾਂ ਦਾ ਔਖਾ ਹੋ ਜਾਂਦਾ ਫਿਰ ਉਹਦੀ ਰਾਈਡ ਪ੍ਰੋਵਾਈਡ ਨਹੀਂ ਕਰ ਸਕਦੇ ਓਕੇ 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 ਕਿ ਇਹ ਵੀ ਲੋਕਲ ਹੋਵੇ ਤਾਂ ਚਲ ਜਾਂਦਾ ਜੇ ਹੁਣ ਜ਼ਿਆਦਾ ਦੂਰ ਦਾ ਉੱਧਰ ਮੌਸਮ ਦੇ ਸਾਨੂੰ ਸ਼ੂਟਿੰਗ ਨਾ ਕਰੇ ਜਾਨਵਰ ਬਿਮਾਰ ਕਰ ਲਈ ਨਹੀਂ ਇਹ ਤਾਂ ਹੈ ਹੀ ਆ ਠੀਕ ਹੈ ਜੀ ਬਹੁਤ ਵਧੀਆ ਭਾਜੀ ਤੇ ਭਾਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੁਸੀਂ ਆਪਣਾ ਅਵੇਲੇਬਲ ਸਮਾਂ ਕੱਢ ਕੇ ਹਨਾ ਤੁਸੀਂ ਆਪਣੇ ਕਹਿ ਦਈਏ ਇਹਨਾਂ ਸ਼ੇਰਾਂ ਨੂੰ ਦਿਖਾਇਆ ਹਨਾ ਠੀਕ ਹੈ ਭਾਜੀ ਤੇ ਗਾਇਸ ਮੈਨੂੰ ਉਮੀਦ ਹੈ ਤੁਹਾਨੂੰ ਮੇਰਾ ਅੱਜ ਦਾ ਵਲੌਗ ਬਹੁਤ ਹੀ ਵਧੀਆ ਲੱਗਿਆ ਹੋਣਾ ਆਉਣ ਵਾਲੇ ਵਲੌਗਸ ਦੇ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਮੇਰੇ ਚੈਨਲ ਨੇਮ ਇਜ਼ ਕਿਰਨ ਨੇਸ਼ਨ ਤੇ ਮੈਨੂੰ ਇੰਸਟਾ 'ਤੇ ਫਾਲੋ ਕਰੇ ਮੈਂ ਇੰਸਟਾਗ੍ਰਾਮ ਨੇਮ ਇਜ਼ ਕਿਰਨ ਦੀ ਪ੍ਰਾਈਵ ਵਲੌਗਸ ਓਕੇ ਪੀਸ ਆਊਟ